ਇਹ ਜਿਹੜੇ ਐਫਡੀ ਦੇ ਇੰਟਰਸਟ ਰੇਟ ਹੈ ਇਹਨਾਂ 'ਤੇ ਅਲੱਗ ਤੋਂ ਵੀਡੀਓ ਬਣਾਉਣ ਦੀ ਕੀ ਲੋੜ ਹੈ? ਸਿੱਧਾ ਜਾ ਕੇ ਸਾਰੇ ਬੈਂਕਾਂ ਦੇ ਇੰਟਰਸਟ ਰੇਟ ਕੰਪੇਅਰ ਕਰ ਲਓ ਅਤੇ ਜਿਹਦੇ 'ਚੋਂ ਵਧੀਆ ਵਿਆਜ ਮਿਲ ਰਿਹਾ ਉੱਥੇ ਜਾ ਕੇ ਐਫਡੀ ਕਰਵਾ ਲਓ, ਸੌਖਾ ਹੀ ਹੈ ਨਾ? ਪਰ ਇੰਨਾ ਸਿੰਪਲ ਨਹੀਂ ਹੈ। ਮੰਨ ਲਓ ਇੱਕ ਬੈਂਕ ਤੁਹਾਨੂੰ 5 ਸਾਲ ਦੀ ਐਫਡੀ 'ਤੇ 7% ਦਾ ਇੰਟਰਸਟ ਰੇਟ ਔਫਰ ਕਰਦਾ ਹੈ ਅਤੇ ਦੂਜਾ ਬੈਂਕ ਉਸੇ 5 ਸਾਲ ਦੀ ਐਫਡੀ 'ਤੇ 8.25% ਦੀ ਇਫੈਕਟਿਵ ਐਨੂਅਲ ਯੀਲਡ ਔਫਰ ਕਰਦਾ ਹੈ, ਤਾਂ ਤੁਸੀਂ ਕਿਹੜੇ ਬੈਂਕ ਦੇ ਨਾਲ ਜਾਓਗੇ? ਓਬਵੀਅਸਲੀ ਦੂਜੇ ਦੇ ਨਾਲ, ਕਿਉਂਕਿ 8.25% 7% ਤੋਂ ਕਿਤੇ ਜ਼ਿਆਦਾ ਬੈਟਰ ਹੈ ਨਾ? ਪਰ ਇਹ ਸਹੀ ਨਹੀਂ ਹੈ। ਜੇ ਤੁਸੀਂ ਠੀਕ ਤਰੀਕੇ ਨਾਲ ਸੁਣਿਆ ਹੋਏਗਾ ਤਾਂ ਮੈਂ ਇਹ ਕਿਹਾ ਸੀ ਕਿ ਪਹਿਲਾ ਬੈਂਕ ਤੁਹਾਨੂੰ 7% ਦਾ ਇੰਟਰਸਟ ਰੇਟ ਔਫਰ ਕਰ ਰਿਹਾ ਅਤੇ ਦੂਜਾ ਬੈਂਕ ਤੁਹਾਨੂੰ 8.25% ਦੀ ਇਫੈਕਟਿਵ ਐਨੂਅਲ ਯੀਲਡ ਔਫਰ ਕਰ ਰਿਹਾ। ਹੁਣ ਜਿਹੜਾ ਇੰਟਰਸਟ ਰੇਟ ਅਤੇ ਇਫੈਕਟਿਵ ਐਨੂਅਲ ਯੀਲਡ ਹੈ, ਇਹ ਦੋਨੋਂ ਸੇਮ ਨਹੀਂ ਹੁੰਦੇ। ਇਨਫੈਕਟ ਇਸ ਟਰਮ ਨੂੰ ਬਣਾਈ ਇਸ ਲਈ ਗਿਆ ਕਿ ਸਾਡੇ ਵਰਗੇ ਕਸਟਮਰਸ ਨੂੰ ਕਨਫਿਊਜ਼ ਕੀਤਾ ਜਾ ਸਕੇ। ਜੇ ਸੱਚ ਦੱਸਾਂ ਤਾਂ 7% ਦਾ ਜਿਹੜਾ ਇੰਟਰਸਟ ਰੇਟ ਹੈ ਉਹ 8.25% ਦੀ ਇਫੈਕਟਿਵ ਐਨੂਅਲ ਯੀਲਡ ਨਾਲੋਂ ਕਿਤੇ ਜ਼ਿਆਦਾ ਬੈਟਰ ਹੈ। ਤੁਸੀਂ ਫਿਰ ਤੋਂ ਕਨਫਿਊਜ਼ ਹੋ ਗਏ ਨਾ? ਚਲੋ ਇਹਨੂੰ ਸੌਖਾ ਕਰਕੇ ਸਮਝ ਲੈਂਦੇ ਹਾਂ। ਮੰਨ ਲਓ ਤੁਸੀਂ ਇੱਕ ਬੈਂਕ ਦੇ ਨਾਲ 1 ਲੱਖ ਰੁਪਏ ਦੀ ਐਫਡੀ ਕਰਵਾਉਂਦੇ ਹੋ 5 ਸਾਲ ਦੇ ਲਈ 7% ਵਿਆਜ 'ਤੇ, ਤਾਂ ਜਿਹੜਾ 5 ਸਾਲਾਂ ਦਾ ਵਿਆਜ ਹੋ ਜਾਏਗਾ ਉਹ ਹੋ ਜਾਏਗਾ 41,478 ਰੁਪਏ। ਤਾਂ ਜੇਕਰ ਇਹਨੂੰ 1 ਸਾਲ ਦੇ ਵਿੱਚ ਕਨਵਰਟ ਕਰੀਏ ਤਾਂ 1 ਸਾਲ ਦੇ ਵਿੱਚ ਤੁਸੀਂ 8,295 ਰੁਪਏ ਕਮਾਏ ਵਿਆਜ ਦੇ ਤੌਰ 'ਤੇ। ਅਤੇ ਜੇਕਰ 1 ਲੱਖ ਦੀ ਐਫਡੀ 'ਤੇ ਤੁਸੀਂ 1 ਸਾਲ ਦੇ ਵਿੱਚ 8,295 ਰੁਪਏ ਕਮਾਏ ਵਿਆਜ ਦੇ ਤੌਰ 'ਤੇ, ਅਤੇ ਜੇਕਰ ਇਹਨੂੰ ਆਪਾਂ ਟ੍ਰਾਂਸਲੇਟ ਕਰੀਏ ਇਫੈਕਟਿਵ ਐਨੂਅਲ ਯੀਲਡ ਦੇ ਵਿੱਚ, ਤਾਂ ਇਹ ਬਣਦਾ 8.295%। ਅਤੇ 8.295% ਦੀ ਜਿਹੜੀ ਇਫੈਕਟਿਵ ਐਨੂਅਲ ਯੀਲਡ ਹੈ ਉਹ 8.25% ਤੋਂ ਤਾਂ ਬੈਟਰ ਹੀ ਹੈ। ਇਸੇ ਤਰੀਕੇ ਨਾਲ ਜਿਹੜਾ 7% ਦਾ ਇੰਟਰਸਟ ਰੇਟ ਹੈ ਉਹ 8.25% ਦੀ ਇਫੈਕਟਿਵ ਐਨੂਅਲ ਯੀਲਡ ਨਾਲੋਂ ਕਿਤੇ ਜ਼ਿਆਦਾ ਬੈਟਰ ਹੈ। ਇਸੇ ਤਰੀਕੇ ਨਾਲ ਵਰਡ ਪਲੇ ਕਰਕੇ ਬੈਂਕ ਆਪਣੇ ਕਸਟਮਰਸ ਨੂੰ ਗੁੰਮਰਾਹ ਕਰਦੇ ਆ। ਪਰ ਟੈਨਸ਼ਨ ਨਾ ਲਓ, ਤੁਸੀਂ ਬੀ ਕਿਫਾਇਤੀ ਦੀ ਵੀਡੀਓ ਦੇਖ ਰਹੇ ਹੋ, ਤੁਹਾਨੂੰ ਇੱਥੇ ਪੂਰੀ ਕਲੈਰਿਟੀ ਮਿਲੇਗੀ। ਇੱਕ ਦੂਜਾ ਸਾਡੇ ਦਿਮਾਗ 'ਚ ਜਿਹੜਾ ਕਾਮਨ ਸਵਾਲ ਆਉਂਦਾ ਹੈ ਕਿ ਜਿਹੜੇ ਅੱਜ ਕੱਲ੍ਹ ਪੇਮੈਂਟ ਬੈਂਕਸ ਨੇ, ਜਿਵੇਂ ਕਿ ਏਅਰਟੈੱਲ ਪੇਮੈਂਟਸ ਬੈਂਕ ਹੋ ਗਿਆ, ਜੀਓ ਪੇਮੈਂਟਸ ਬੈਂਕ ਹੋ ਗਿਆ, ਇੰਡੀਆ ਪੋਸਟ ਪੇਮੈਂਟ ਬੈਂਕ ਹੋ ਗਿਆ, ਇਹ ਬੜਾ ਵਧੀਆ ਵਿਆਜ ਦੇ ਰਹੇ ਆਪਣੀ, ਤਾਂ ਕਿ ਇਹਨਾਂ ਦੇ ਵਿੱਚ ਐਫਡੀ ਕਰਵਾਉਣੀ ਚਾਹੀਦੀ ਹੈ? ਤਾਂ ਦੇਖੋ, RBI ਦੇ ਰੂਲਸ ਦੇ ਹਿਸਾਬ ਨਾਲ ਇਹ ਜਿਹੜੇ ਪੇਮੈਂਟਸ ਬੈਂਕ ਨੇ ਇੱਕ ਕਸਟਮਰ ਤੋਂ ਐਫਡੀ ਐਕਸੈਪਟ ਨਹੀਂ ਕਰ ਸਕਦੇ। ਸੋ ਅੱਜ ਕੱਲ੍ਹ ਜਿਹੜੇ ਮਾਰਕੀਟ ਦੇ ਵਿੱਚ ਜਿਹੜੇ ਪੇਮੈਂਟ ਬੈਂਕ ਜਿਹੜੇ ਐਫਡੀ ਬਣਵਾ ਰਹੇ ਨੇ, ਉਹਨਾਂ ਦਾ ਬੈਕਐਂਡ 'ਤੇ ਕਿਸੇ ਨਾ ਕਿਸੇ ਬੈਂਕ ਦੇ ਨਾਲ ਟਾਈ ਅਪ ਹੈ। ਸੋ ਕਹਿਣ ਦਾ ਭਾਵ ਹੈ ਕਿ ਅਲਟੀਮੇਟਲੀ ਜਿਹੜੀ ਤੁਹਾਡੀ ਐਫਡੀ ਆ ਉਹ ਕਿਸੇ ਨਾ ਕਿਸੇ ਬੈਂਕ ਦੇ ਨਾਲ ਹੀ ਹੋ ਰਹੀ ਹੈ। ਪਰ ਕਈ ਲੋਕਾਂ ਦਾ ਸਵਾਲ ਆਉਂਦਾ ਹੈ ਕਿ ਇਹ ਬੜਾ ਸੁਣਨ ਨੂੰ ਮਿਲਦਾ ਕਿ ਜਿਹੜਾ ਅਸੀਂ 5 ਲੱਖ ਰੁਪਏ ਤੱਕ ਦਾ ਜਿਹੜਾ ਸਾਡਾ ਪੈਸਾ ਹੈ ਉਹ ਅਸੀਂ ਸਮਾਲ ਫਾਈਨਾਂਸ ਬੈਂਕਾਂ 'ਚ ਰੱਖ ਸਕਦੇ ਹਾਂ, ਕੀ ਇਹ ਸੱਚਾਈ ਹੈ? ਤਾਂ ਦੇਖੋ, ਇਹ ਗੱਲ ਬਿਲਕੁਲ ਸਹੀ ਹੈ ਕਿ ਤੁਸੀਂ ਆਪਣਾ 5 ਲੱਖ ਤੱਕ ਦਾ ਜਿਹੜਾ ਪੈਸਾ ਹੈ ਉਹ ਸਮਾਲ ਫਾਈਨਾਂਸ ਬੈਂਕਾਂ ਦੇ ਵਿੱਚ ਰੱਖ ਸਕਦੇ ਹੋ। ਪਰ ਇਹਦੇ ਵਿੱਚ ਇੱਕ ਗੱਲ ਦਾ ਧਿਆਨ ਰਹੇ ਕਿ ਜਿਹੜੀ ਇਹ 5 ਲੱਖ ਤੱਕ ਦੀ ਲਿਮਿਟ ਹੈ, ਇਹਦੇ ਵਿੱਚ ਤੁਹਾਡਾ ਸੇਵਿੰਗ ਅਕਾਊਂਟ, ਫਿਕਸ ਡਿਪੋਜ਼ਿਟ, ਕਰੰਟ ਅਕਾਊਂਟ, ਇਹ ਸਾਰੀਆਂ ਚੀਜ਼ਾਂ ਇੰਕਲੂਡ ਹੁੰਦੀਆਂ ਨੇ। ਸਿਰਫ ਤੁਹਾਡਾ ਐਫਡੀ ਦਾ ਪ੍ਰਿੰਸੀਪਲ ਇਕੱਲਾ 5 ਲੱਖ ਨਹੀਂ ਹੋ ਸਕਦਾ। ਸੋ ਇਸ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅਤੇ ਇਸ ਤੋਂ ਬਾਅਦ ਕੁਝ ਲੋਕਾਂ ਦਾ ਸਵਾਲ ਇਹ ਵੀ ਹੁੰਦਾ ਹੈ ਕਿ ਜਿਹੜੇ NBFCs ਨੇ, ਕੀ ਇਹਨਾਂ ਦੇ ਨਾਲ ਐਫਡੀ ਕਰਵਾਉਣਾ ਸੇਫ ਹੈ? ਕਿਉਂਕਿ ਕੁਝ NBFCs ਜਿਵੇਂ ਕਿ ਬਜਾਜ ਫਾਈਨਾਂਸ ਹੋ ਗਿਆ ਜਾਂ ਫਿਰ ਸ਼੍ਰੀਰਾਮ ਫਾਈਨਾਂਸ ਹੋ ਗਿਆ, ਇਹ ਬੜੇ ਵਧੀਆ ਇੰਟਰਸਟ ਰੇਟ ਦੇ ਰਹੇ ਆ। ਤਾਂ ਇੱਥੇ ਇੱਕ ਗੱਲ ਦਾ ਧਿਆਨ ਰੱਖਿਓ ਕਿ ਬੈਂਕਾਂ ਦੀ ਤਰ੍ਹਾਂ ਇਹ ਜਿਹੜੇ NBFCs ਹੁੰਦੇ ਆ ਨਾ, ਇਹਨਾਂ ਕੋਲ RBI ਦੀ 5 ਲੱਖ ਵਾਲੀ ਗਰੰਟੀ ਨਹੀਂ ਹੁੰਦੀ। ਜੇਕਰ NBFC ਡੁੱਬੀ ਤਾਂ ਤੁਹਾਡੇ ਪੈਸੇ ਦੀ ਕੋਈ ਗਰੰਟੀ ਬਣਦੀ ਨਹੀਂ, ਅਤੇ ਇਸੇ ਚੀਜ਼ ਕਰਕੇ ਇੱਥੇ ਰਿਸਕ ਕਾਫੀ ਹਾਈ ਹੋ ਜਾਂਦਾ ਹੈ, ਅਤੇ ਹਾਈ ਰਿਸਕ ਹੋਣ ਕਰਕੇ ਇੱਥੇ ਇੰਟਰਸਟ ਵੀ ਤੁਹਾਨੂੰ ਹਾਈ ਮਿਲ ਜਾਂਦਾ ਹੈ। ਚਲੋ ਹੁਣ ਇਹ ਦੇਖ ਲੈਂਦੇ ਕਿ ਇੰਡੀਆ ਦੇ ਵਿੱਚ ਬੈਸਟ FD ਰੇਟ ਕਿਹੜੇ ਕਿਹੜੇ ਹੈ। ਅਤੇ ਇਹ ਇਨਫੋਰਮੇਸ਼ਨ ਕੱਢਣ ਦੇ ਲਈ ਅਸੀਂ ਇੱਕ ਇੱਕ ਬੈਂਕ ਦੀ ਵੈਬਸਾਈਟ 'ਤੇ ਜਾ ਕੇ ਇਨਫੋਰਮੇਸ਼ਨ ਲੱਭੀ ਹੈ। ਸੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਨਾ ਨਾ ਭੁੱਲਿਓ। ਅਤੇ ਡਾਟਾ ਦਿਖਾਉਣ ਤੋਂ ਪਹਿਲਾਂ ਮੈਂ 3 ਪੁਆਇੰਟ ਹਾਈਲਾਈਟ ਕਰਨਾ ਚਾਹੁੰਦਾ। ਪਹਿਲਾ ਪੁਆਇੰਟ ਇਹ ਕਿ ਇਹ ਡਾਟਾ ਇੱਕ ਪਰਟੀਕੁਲਰ ਟਾਈਮ 'ਤੇ ਹੈ, ਅਤੇ ਜੇਕਰ ਤੁਸੀਂ ਇਸ ਵੀਡੀਓ ਨੂੰ ਅਪਲੋਡ ਹੋਣ ਤੋਂ 3-4 ਮਹੀਨੇ ਬਾਅਦ ਦੇਖ ਰਹੇ ਹੋ ਸਕਦਾ ਉਸ ਟਾਈਮ 'ਤੇ ਡਾਟਾ ਦੇ ਵਿੱਚ ਕੁਝ ਚੇਂਜ ਆ ਗਿਆ ਹੋਵੇ, ਤਾਂ ਕਮੈਂਟਾਂ ਦੇ ਵਿੱਚ ਜਾ ਕੇ ਇਹ ਨਾ ਕਿਹੋ ਵੀ ਡਾਟਾ ਸਹੀ ਨਹੀਂ ਹੈ। ਦੂਜਾ ਪੁਆਇੰਟ ਇਹ ਹੈ ਕਿ ਮੈਂ ਤੁਹਾਨੂੰ 1 ਸਾਲ ਹੋ ਗਿਆ, 2 ਸਾਲ ਹੋ ਗਿਆ, 3 ਸਾਲ ਹੋ ਗਿਆ, ਇੱਦਾਂ ਕਰਕੇ ਡਾਟਾ ਨਹੀਂ ਦਿਖਾਊਂਗਾ। ਇਹਦੇ ਨਾਲ ਤੁਹਾਨੂੰ ਕੋਈ ਪੂਰੀ ਪਿਕਚਰ ਕਲੀਅਰ ਨਹੀਂ ਹੋਏਗੀ, ਕਿਉਂਕਿ ਬਹੁਤ ਸਾਰੇ ਬੈਂਕ ਇੱਦਾਂ ਦੇ ਆ ਜਿਹੜੇ ਇੱਕ ਪਰਟੀਕੁਲਰ ਬਕਟ ਦੇ ਵਿੱਚ ਤੁਹਾਨੂੰ ਵਧੀਆ ਇੰਟਰਸਟ ਰੇਟ ਦਿੰਦੇ ਆ। ਫੋਰ ਐਗਜ਼ਾਮਪਲ, ਜਿਹੜਾ DCB ਬੈਂਕ ਹੈ ਉਹ ਤੁਹਾਨੂੰ 25-26 ਮਹੀਨਿਆਂ ਦੀ ਬਕਟ ਦੇ ਵਿੱਚ ਵਧੀਆ ਵਿਆਜ ਦਿੰਦਾ ਹੈ, ਅਤੇ ਇੱਕ IDFC ਫਸਟ ਬੈਂਕ ਦੀ ਗੱਲ ਕਰੀਏ ਤਾਂ 559 ਦਿਨਾਂ ਤੋਂ ਲੈ ਕੇ 2 ਸਾਲ ਦੀ ਬਕਟ ਦੇ ਵਿੱਚ ਤੁਹਾਨੂੰ ਵਧੀਆ ਰੇਟ ਦਿੰਦਾ ਹੈ। ਸੋ ਇਸੇ ਕਰਕੇ ਮੈਂ ਤੁਹਾਨੂੰ ਇਹ ਵੀ ਦੱਸੂੰਗਾ ਕਿ ਕਿਹੜੇ ਬੈਂਕ ਕਿੰਨਾ ਵਧੀਆ ਇੰਟਰਸਟ ਰੇਟ ਦਿੰਦੇ ਆ ਅਤੇ ਕਿਹੜੀ ਬਕਟ ਦੇ ਵਿੱਚ ਦਿੰਦੇ ਆ। ਅਤੇ ਤੀਸਰਾ ਪੁਆਇੰਟ ਇਹ ਹੈ ਕਿ ਇਸ ਡਾਟਾ ਦੇ ਵਿੱਚ ਤੁਹਾਨੂੰ ਸਾਰੇ ਬੈਂਕ ਨਹੀਂ ਦੱਸਣਗੇ। ਜਨਰਲੀ ਜਿਹੜੇ ਵੱਡੇ ਬੈਂਕ ਹੈ ਜਿਵੇਂ ਕਿ HDFC ਹੋ ਗਿਆ, SBI ਹੋ ਗਿਆ, ICICI ਵਗੈਰਾ, ਉਹ ਬੈਂਕ ਤਾਂ ਤੁਹਾਨੂੰ ਬਿਲਕੁਲ ਨਹੀਂ ਦੱਸਣਗੇ, ਕਿਉਂਕਿ ਜਨਰਲੀ ਜਿਹੜੇ ਵੱਡੇ ਬੈਂਕ ਹੈ ਉਹਨਾਂ ਦੇ ਰੇਟ ਇੰਨੇ ਵਧੀਆ ਨਹੀਂ ਹੁੰਦੇ।
ਤਾਂ ਚਲੋ ਫਿਰ ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਕਿ ਜਿਹੜੇ ਅਲੱਗ ਅਲੱਗ ਬੈਂਕ ਹੈ ਉਹ ਤੁਹਾਨੂੰ ਬੈਸਟ ਰੇਟ ਕਿਹੜੇ ਕਿਹੜੇ ਦਿੰਦੇ ਹੈ ਅਤੇ ਕਿਹੜੀ ਬਕਟ ਦੇ ਵਿੱਚ ਦਿੰਦੇ ਹੈ। ਤਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਮੈਕਸੀਮਮ ਰੇਟ ਜਿਹੜਾ ਉਹ ਯੂਨਿਟੀ ਸਮਾਲ ਫਾਈਨਾਂਸ ਵੱਲੋਂ ਮਿਲ ਰਿਹਾ ਜੋ ਕਿ 9% ਹੈ, ਅਤੇ ਇਹ ਰੇਟ ਤੁਹਾਨੂੰ 1001 ਦਿਨ ਦੀ ਬਕਟ ਦੇ ਵਿੱਚ ਮਿਲ ਰਿਹਾ। ਸੀਨੀਅਰ ਸਿਟੀਜ਼ਨ ਨੂੰ ਇੱਥੇ 0.5% ਦਾ ਐਕਸਟਰਾ ਇੰਟਰਸਟ ਰੇਟ ਮਿਲ ਜਾਂਦਾ, ਤਾਂ ਕਹਿ ਸਕਦੇ ਹਾਂ ਕਿ ਇੱਥੇ ਉਹਨਾਂ ਨੂੰ 9.5% ਤੱਕ ਦਾ ਇੰਟਰਸਟ ਰੇਟ ਮਿਲਦਾ। ਬਾਕੀ ਸੂਰਿਆ ਉਦੇ ਅਤੇ ਫਿਨਕੇਅਰ ਦੇ ਵਿੱਚ ਤੁਹਾਨੂੰ 8.6% ਦਾ ਇੰਟਰਸਟ ਮਿਲ ਜਾਏਗਾ। ਸੂਰਿਆ ਉਦੇ ਦੇ ਵਿੱਚ ਤੁਹਾਨੂੰ 2 ਸਾਲ 2 ਦਿਨ ਵਾਲੀ ਬਕਟ ਅਤੇ ਫਿਨਕੇਅਰ ਦੇ ਵਿੱਚ ਤੁਹਾਨੂੰ 750 ਦਿਨ ਵਾਲੀ ਬਕਟ ਦੇ ਵਿੱਚ ਇੰਟਰਸਟ ਰੇਟ ਮਿਲ ਜਾਏਗਾ। ਤੁਸੀਂ ਇਸ ਟੇਬਲ ਦੇ ਵਿੱਚ ਸਾਰੇ ਬੈਂਕਾਂ ਦੇ ਇੰਟਰਸਟ ਰੇਟ ਬੜੇ ਆਰਾਮ ਨਾਲ ਦੇਖ ਸਕਦੇ ਹੋ। ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਇਸ ਟੇਬਲ ਦਾ ਸਕਰੀਨਸ਼ਾਟ ਲੈ ਸਕਦੇ ਹੋ ਅਤੇ ਆਪਣੇ ਫ੍ਰੀ ਟਾਈਮ ਦੇ ਵਿੱਚ ਇਸ ਟੇਬਲ ਨੂੰ ਐਨਾਲਾਈਜ਼ ਕਰ ਸਕਦੇ ਹੋ। ਤਾਂ ਚਲੋ ਫਿਰ ਹੁਣ ਅੱਗੇ ਦੇਖਦੇ ਹਾਂ ਕਿ 1 ਸਾਲ ਦੀ ਬਕਟ ਦੇ ਵਿੱਚ ਤੁਹਾਨੂੰ ਬੈਸਟ ਇੰਟਰਸਟ ਰੇਟ ਕਿੰਨਾ ਮਿਲ ਸਕਦਾ। ਇੱਥੇ 1 ਸਾਲ ਦੀ ਬਕਟ ਦੇ ਵਿੱਚ ਤੁਹਾਨੂੰ ਮੈਕਸੀਮਮ ਜੋ ਇੰਟਰਸਟ ਰੇਟ ਆ ਉਹ 8.5% ਮਿਲ ਸਕਦਾ ਜਨ ਸਮਾਲ ਫਾਈਨਾਂਸ ਬੈਂਕ ਤੋਂ। ਉਸ ਤੋਂ ਬਾਅਦ ਜੀਵਨ ਤੋਂ ਤੁਹਾਨੂੰ 68% ਦਾ ਇੰਟਰਸਟ ਰੇਟ ਮਿਲ ਸਕਦਾ ਅਤੇ ਇਕੁਇਟਾਜ਼ ਤੋਂ ਤੁਹਾਨੂੰ 8.20% ਦਾ ਇੰਟਰਸਟ ਰੇਟ ਮਿਲ ਸਕਦਾ ਹੈ। ਅਤੇ ਇੱਥੇ ਬਾਕੀ ਜਿਹੜੇ ਵੱਡੇ ਬੈਂਕ ਹੈ ਜਿਵੇਂ ਕਿ ਪੰਜਾਬ ਨੈਸ਼ਨਲ ਬੈਂਕ ਹੋ ਗਿਆ, ਬੈਂਕ ਆਫ ਬੜੌਦਾ ਹੋ ਗਿਆ, ਉਹ 6.7-6.8% ਦਾ ਹੀ ਇੰਟਰਸਟ ਰੇਟ ਔਫਰ ਕਰ ਪਾ ਰਹੇ ਹੈ, ਜਿਹਦਾ ਕਿ ਕਾਫ਼ੀ ਗੈਪ ਹੈ। 3 ਸਾਲ ਵਾਲੀ ਬਕਟ ਦੇ ਵਿੱਚ ਦੇਖੀਏ ਤਾਂ ਸੂਰਿਆ ਉਦੇ ਦਾ ਸਭ ਤੋਂ ਮੈਕਸੀਮਮ ਇੰਟਰਸਟ ਰੇਟ ਮਿਲ ਰਿਹਾ ਜੋ ਕਿ 8.60% ਹੈ। ਉਸ ਤੋਂ ਬਾਅਦ ਉਤਰਾਖਸ਼ ਦੇ ਵਿੱਚ ਸਾਨੂੰ 8.5% ਮਿਲ ਰਿਹਾ ਅਤੇ ਫਿਨਕੇਅਰ ਦੇ ਵਿੱਚ 8.11% ਇੰਟਰਸਟ ਰੇਟ ਮਿਲ ਰਿਹਾ। ਅਤੇ ਇਸ ਕੈਟਾਗਰੀ ਦੇ ਵਿੱਚ ਵੀ ਵੱਡੇ ਬੈਂਕ ਜਿਵੇਂ ਕਿ PNB ਹੋ ਗਿਆ, BOB ਸਮਾਲ ਫਾਈਨਾਂਸ ਬੈਂਕ ਹੋ ਗਿਆ, ਉਹ ਕਾਫ਼ੀ ਪਿੱਛੇ ਰਹਿ ਗਏ ਹੈ। ਮੋਟਾ ਮੋਟਾ ਜੇਕਰ ਦੇਖਿਆ ਜਾਵੇ ਤਾਂ 1.5% ਤੱਕ ਦਾ ਗੈਪ ਹੈ ਜੋ ਕਿ ਕਾਫ਼ੀ ਸਿਗਨੀਫਿਕੈਂਟ ਹੈ। ਇੱਥੇ ਮੈਂ ਤੁਹਾਨੂੰ ਜਿਹੜੇ ਵੀ ਟੇਬਲ ਦਿਖਾ ਰਿਹਾ ਤੁਸੀਂ ਉਹਨਾਂ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਅਤੇ ਆਪਣੇ ਫ੍ਰੀ ਟਾਈਮ ਦੇ ਵਿੱਚ ਉਹਨਾਂ ਟੇਬਲਸ ਨੂੰ ਐਨਾਲਾਈਜ਼ ਕਰ ਸਕਦੇ ਹੋ। ਹੁਣ ਇਸ ਤੋਂ ਬਾਅਦ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ 5 ਸਾਲ ਵਾਲੀ ਬਕਟ ਦਾ ਕੀ ਸੀਨ ਹੈ। ਇੱਥੇ ਸਾਨੂੰ ਇੱਕ ਇੰਟਰਸਟਿੰਗ ਫਿਨੋਮਨਾ ਦੇਖਣ ਨੂੰ ਮਿਲ ਰਿਹਾ। ਤੁਸੀਂ ਦੇਖੋਗੇ ਕਿ 5 ਸਾਲ ਵਾਲੀ ਬਕਟ ਦੇ ਵਿੱਚ ਇੰਟਰਸਟ ਰੇਟ ਹੈ ਉਹ 3 ਸਾਲ ਵਾਲੀ ਬਕਟ ਦੇ ਨਾਲੋਂ ਘੱਟ ਦੇਖਣ ਨੂੰ ਮਿਲ ਰਿਹਾ। ਇੱਥੇ ਤੁਹਾਨੂੰ ਮੈਕਸੀਮਮ ਇੰਟਰਸਟ ਰੇਟ 7.5% ਮਿਲ ਰਿਹਾ ਜੋ ਕਿ ਸੂਰਿਆ ਉਦੇ ਸਮਾਲ ਫਾਈਨਾਂਸ ਬੈਂਕ ਆਫਰ ਕਰ ਰਿਹਾ। 3 ਸਾਲ ਵਾਲੀ ਬਕਟ ਦੇ ਵਿੱਚ ਤੁਹਾਨੂੰ ਮੈਕਸੀਮਮ 8.60% ਦਾ ਇੰਟਰਸਟ ਰੇਟ ਮਿਲ ਰਿਹਾ ਸੀ। ਬਾਕੀ ਜੇਕਰ PNB ਜਾਂ ਫਿਰ BOB ਦੀ ਗੱਲ ਕਰੀਏ ਤਾਂ ਤੁਹਾਨੂੰ 0.5% ਜਾਂ 0.6% ਘੱਟ ਇੰਟਰਸਟ ਦੇ ਰਿਹਾ ਜੇਕਰ ਉਹਨਾਂ ਦੀ 3 ਸਾਲ ਵਾਲੀ ਬਕਟ ਦੇ ਨਾਲ ਕੰਪੈਰੀਜ਼ਨ ਕਰੀਏ ਤਾਂ। ਹੁਣ ਇਸ ਤੋਂ ਬਾਅਦ ਆਉਂਦਾ ਸਾਡੀ ਵੀਡੀਓ ਦਾ ਲਾਸਟ ਅਤੇ ਮੋਸਟ ਇੰਪੋਰਟੈਂਟ ਪਾਰਟ। ਇਸ ਪਾਰਟ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਆਪਣੀ FD ਦਾ ਜਿਹੜਾ ਇੰਟਰਸਟ ਹੈ ਉਹ ਮੈਕਸੀਮਾਈਜ਼ ਕਿਵੇਂ ਕਰ ਸਕਦੇ ਹੋ। ਇਸ ਟੈਕਨੀਕ ਨੂੰ ਕਿਹਾ ਜਾਂਦਾ FD ਲੈਡਰਿੰਗ। ਮੰਨ ਲਓ ਤੁਸੀਂ 3 ਲੱਖ ਰੁਪਏ FD ਦੇ ਵਿੱਚ ਇਨਵੈਸਟ ਕਰਨੇ ਆ, ਤਾਂ ਉਹ 3 ਦਾ 3 ਲੱਖ 1 FD ਦੇ ਵਿੱਚ ਇਨਵੈਸਟ ਕਰਨ ਦੀ ਬਜਾਏ ਤੁਸੀਂ ਉਹਨੂੰ 3 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਸਕਦੇ ਹੋ। ਤਾਂ ਹੁਣ ਤੁਹਾਡੇ ਕੋਲ 1-1 ਲੱਖ ਦੇ 3 ਹਿੱਸੇ ਹੋ ਜਾਣਗੇ। ਹੁਣ ਜਿਵੇਂ ਕਿ ਅਸੀਂ ਦੇਖਿਆ ਸੀ ਕਿ ਬਰੋਡਲੀ ਜਿਹੜਾ ਮੈਕਸੀਮਮ ਇੰਟਰਸਟ ਰੇਟ ਹੈ ਉਹ 2-4 ਸਾਲ ਵਾਲੀ ਬਕਟ ਦੇ ਵਿੱਚ ਮਿਲ ਰਿਹਾ ਹੈ, ਤਾਂ ਇੱਥੇ ਤੁਸੀਂ ਕੀ ਕਰ ਸਕਦੇ ਹੋ, 1 FD 2 ਸਾਲ ਲਈ, 1 FD 3 ਸਾਲ ਲਈ ਅਤੇ 1 FD 4 ਸਾਲ ਲਈ ਕਰ ਸਕਦੇ ਹੋ। ਹੁਣ 2 ਸਾਲ ਬਾਅਦ ਹੋਏਗਾ ਕਿ ਤੁਹਾਡੀ 1 FD ਮੈਚਿਓਰ ਹੋ ਜਾਏਗੀ ਜਿਹਨੂੰ ਕਿ ਤੁਸੀਂ ਫਿਰ ਤੋਂ 3 ਸਾਲ ਲਈ ਇਨਵੈਸਟ ਕਰ ਦਿਓਗੇ, ਅਤੇ 3ਜੇ ਸਾਲ ਤੁਹਾਡੀ 2 FD ਮੈਚਿਓਰ ਹੋ ਜਾਏਗੀ ਜਿਹਨੂੰ ਕਿ ਸੇਮ ਤੁਸੀਂ 3 ਸਾਲ ਲਈ ਦੁਬਾਰਾ ਤੋਂ ਇਨਵੈਸਟ ਕਰ ਦਿਓਗੇ, ਅਤੇ ਇਹੀ ਕੰਮ ਤੁਸੀਂ 4th ਸਾਲ ਵੀ ਕਰਨਾ। ਹੁਣ ਇਹਦੇ ਨਾਲ ਤੁਹਾਡੀ FD ਦੀ ਨਾ ਇੱਕ ਲੈਡਰ ਬਣ ਜਾਏਗੀ, ਤੁਸੀਂ ਫਿਊਚਰ ਦੇ ਜੋ ਇੰਟਰਸਟ ਰੇਟ ਦੇ ਫਲਕਚੁਏਸ਼ਨ ਆ ਉਹਨਾਂ ਤੋਂ ਵੀ ਸਿਕਿਓਰ ਹੋ ਜਾਓਗੇ। ਇਹਦੇ ਨਾਲ ਨਾਲ ਤੁਸੀਂ ਕਰੰਟ ਮਾਰਕੀਟ ਦਾ ਫਾਇਦਾ ਵੀ ਚੱਕ ਸਕਦੇ ਹੋ, ਪਲੱਸ ਤੁਹਾਡੇ ਕੋਲ ਹਰ ਸਾਲ ਕੁਝ ਨਾ ਕੁਝ ਲਿਕੁਇਡਿਟੀ ਵੀ ਆਉਂਦੀ ਜਾਏਗੀ। ਇਸ ਸਟ੍ਰੈਟਜੀ ਨੂੰ ਜੇਕਰ ਹੋਰ ਡੈਪ ਦੇ ਵਿੱਚ ਜਾਣਨਾ ਚਾਹੁੰਦੇ ਹੋ ਤਾਂ ਸਾਡੀ ਕਮਿਊਨਿਟੀ bigkifayati.co ਜੁਆਇਨ ਕਰ ਸਕਦੇ ਹੋ। ਇਸ ਕਮਿਊਨਿਟੀ ਤੇ ਪੈਸਾ ਕਮਾਉਣ ਦੇ ਲਈ ਤੇ ਪੈਸਾ ਬਚਾਉਣ ਦੇ ਬਹੁਤ ਸਾਰੇ ਟਿਪਸ ਡਿਸਕਸ ਕੀਤੇ ਜਾਂਦੇ ਆ। ਫਿਲਹਾਲ ਦੇ ਤੌਰ ਤੇ ਇਸ ਕਮਿਊਨਿਟੀ ਨੂੰ ਜੁਆਇਨ ਕਰਨਾ ਬਿਲਕੁਲ ਫ੍ਰੀ ਹੈ, ਜੁਆਇਨ ਕਰਨ ਦਾ ਲਿੰਕ ਡਿਸਕ੍ਰਿਪਸ਼ਨ 'ਚ ਹੈ, ਜਲਦੀ ਕਰੋ। ਬਾਕੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਟਿਲ ਦੈਨ ਬੀ ਕਿਫਾਇਤੀ।